ਸਾਡਾ ਮਸਲਾ ਜੀ ਦੇਖੋ ਆਪਾਂ ਨੂੰ 15 ਤਰੀਕ ਤੋਂ ਅਸੀਂ ਇੱਥੇ ਧਰਨੇ 'ਤੇ ਬੈਠੇ ਹਾਂਗੇ ਅਤੇ ਸਰਕਾਰ ਕੋਈ ਨਾ ਤਾਂ ਸਾਡੀ ਝੋਨਾ ਚੱਕ ਰਹੀ ਹੈ ਨਾ ਸਾਡਾ ਪਰਾਲੀ ਵਾਸਤੇ ਉਹ ਪਰਾਲੀ ਵਾਲਾ ਮਸਲਾ ਹੱਲ ਹੈ ਅਤੇ DAP ਹਾਲਤ ਨਹੀਂ ਕਿਤੇ ਵੀ ਨਹੀਂ ਛੂਹੀ ਇਸ ਕਰਕੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਸੈਂਟਰ ਵਾਲੀ ਨੂੰ ਅਤੇ ਸੂਬੇ ਵਾਲੀ ਨੂੰ ਜੋ ਕਿ ਤੁਸੀਂ ਵੇਖਦੇ ਹੋ ਕਿਵੇਂ ਇਹਨਾਂ ਨੇ ਸਾਰੇ ਹੀ ਪਿੰਡਾਂ ਵਿੱਚ ਕੜਪੰਜ ਪਾਇਆ ਹੋਇਆ ਹੈ 10-10 ਗੱਡੀਆਂ SSP ਤਾਈਂ ਸਾਡੇ ਖੇਤਾਂ 'ਚ ਪਰਾਲੀ ਤਾਂ ਇਹਨਾਂ ਨੂੰ ਦਿਸ ਜਾਂਦੀ ਹੈ ਪਰ ਜਿਹੜਾ ਅਸੀਂ ਆਹ ਸਾਰੇ ਪੰਜਾਬ ਵਿੱਚ ਧਰਨੇ ਲਾਏ ਹੋਏ ਨੇ ਅਸੀਂ ਨਹੀਂ ਇਹਨਾਂ ਨੂੰ ਬੈਠੇ ਦਿੰਦੇ ਮੰਡੀਆਂ 'ਚ ਜੀਰੀ ਹੈ ਜਿਹੜੀ ਸਾਡੀ ਉਹ ਰੁਲੀ ਜਾਂਦੀ ਹੈ ਕਿਸਾਨ ਨੇ ਦਿਵਾਲੀ ਵੀ ਮੰਡੀਆਂ 'ਚ ਮਨਾਈ ਹੈ ਵੀਰੋ ਇੱਦੋਂ ਬੁਰਾ ਹਾਲ ਕੀ ਹੋ ਸਕਦਾ ਸਰਕਾਰਾਂ ਦਾ ਜੋ ਕਿ ਕਿਸਾਨ ਨੂੰ ਬਿਲਕੁਲ ਮਾਰਨਾ ਚਾਹੁੰਦੀਆਂ ਨੇ ਪਰਾਲੀਆਂ ਦਾ ਤਾਂ ਇੰਨਾ ਹਾਲ ਹੋ ਗਿਆ ਕਿ ਰੋਜ਼ 10-8 ਥਾਈਂ ਲੜਾਈਆਂ ਹੁੰਦੀਆਂ ਨੇ ਇਹਨਾਂ ਨੂੰ ਐਂ ਨਹੀਂ ਪਤਾ ਲੱਗਦਾ ਇਹਨਾਂ ਦੇ ਸਟੇਜਰ ਜੋ ਉਹਨੂੰ ਤਾਂ ਉਹਦੀ ਦੇਖ ਲੈਂਦੇ ਨੇ ਮੰਡੀਆਂ 'ਚ ਜੀਰੀ ਨੂੰ ਕੋਈ ਨਹੀਂ ਦੇਖਦੇ ਜਿਹੜੀਆਂ ਬੋਰੀਆਂ ਦੀਆਂ ਢਾਂਗਾਂ ਲੱਗੀਆਂ ਪਈਆਂ ਨੇ ਅਤੇ ਕੀ ਹਾਲ ਹੈ ਕਿਸਾਨਾਂ ਦਾ ਉਸ ਬਾਰੇ ਇਹਨਾਂ ਦਾ ਕੋਈ ਖਿਆਲ ਨਹੀਂ ਹਾਲ ਤਾਈਂ ਸਰਕਾਰ 3-4 ਵਾਰੀ ਮੀਟਿੰਗਾਂ ਦੇ ਹਟੀ ਹੈ ਪਰ ਹਜੇ ਤਾਈਂ ਕੋਈ ਕਿਤੇ ਝੋਨਾ ਨਹੀਂ ਚੁੱਕਿਆ ਗਿਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਝੋਨਾ DAP ਅਤੇ ਪਰਾਲੀ ਦਾ ਮਸਲਾ ਹੱਲ ਹੋਵੇ ਤਾਂ ਕਿ ਅਸੀਂ ਆਪਦੀ ਗਾਹਾਂ ਵਾਲੀ ਫਸਲ ਜੋ ਕਣਕ ਦੀ ਬੀਜਣ ਵਾਲੀ ਹੈ ਉਹ ਲੇਟ ਹੋਈ ਜਾਂਦੀ ਹੈ ਤਕਰੀਬਨ 20 ਦਿਨ ਲੇਟ ਹੋ ਚੁੱਕੀ ਹੈ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਸਾਡਾ ਇੱਥੋਂ ਖਹਿੜਾ ਛਡਾਵੇ ਸਰਕਾਰ ਸੈਂਟਰ ਵਾਲੀ ਵੀ ਅਤੇ ਸੂਬੇ ਸਰਕਾਰ ਵੀ